ਵਿੱਕੀ ਤਾਂ ਹੈ ਨੀ ਗੇ ਘਰੇ, ਤੁਸੀਂ ਪੈਦਲ ਹੀ ਆ ਜਾਓ ਫਿਰ। ਠੀਕ ਹੈ, ਨਾਨਕੀ ਤਾਂ ਆਇਓ ਪੁੱਤ, ਤੇਰੀ ਮਾਮੀ ਦਾ ਸੁਭਾਅ ਨੀ ਹੈਗਾ, ਨਾਲੇ ਤੁਹਾਨੂੰ ਪਤਾ ਗਾ ਉਹ ਮਾੜੀ ਜਿਹੀ ਗੱਲ ਤੇ ਗੁੱਸਾ ਕਰ ਜਾਂਦੀ ਆ, ਨਾਲੇ ਤੂੰ ਖਾਸ ਕਰਕੇ ਉਹਦੇ ਮੁੰਡੇ ਨਾਲ ਲੜੀ ਨਾ ਚੰਗਾ। ਨਾਲੇ ਮੇਰੀ ਗੱਲ ਸੁਣ ਲਓ ਧਿਆਨ ਨਾਲ, ਉੱਥੇ ਖਾਣ ਪੀਣ ਨੂੰ ਨਾ ਬਾਲਾ ਮੰਗੀ ਜਾਇਓ ਚੰਗਾ ਪੁੱਤ, ਠੀਕ ਹੈ? ਕਿਤੇ ਇੱਥੇ ਮੰਗੀ ਜਾਓ ਉਹਨਾਂ ਤੋਂ, ਤੇਰੀ ਮਾਮੀ ਆ ਗਈ ਭੈੜੀ, ਉਹਨੇ ਨਹੀਂ ਦੇਣਾ, ਨਾਲੇ ਤੈਨੂੰ ਪਤਾ ਉਹ ਫਰਕ ਰੱਖਦੀ ਆ, ਕਿਤੇ ਮੰਗੀ ਜਾਓ, ਠੀਕ ਹੈ? ਲੈ ਉਹ ਆ ਗਏ ਤੇਰੇ ਮਾਮੇ ਦਾ ਘਰ, ਚੰਗਾ ਚੌੜ ਜੀ ਨਹੀਂ ਕਰਨੀ, ਨਾਲੇ ਮੈਂ ਪਹਿਲਾਂ ਦੱਸਤਾ ਪੈਰੀ ਹੱਥ ਲਾਉਣੇ ਚੰਗਾ ਮਾਮੀ ਹੋਰਾਂ ਦੇ। ਆ ਰਹੀ ਹੈ ਹੁਣ, ਉਹ ਆ ਗਈ? ਆ ਰਹੀ ਆ, ਰਸਤੇ ਚ ਹੈਗੀ ਹਲੇ। ਲੈ ਪ੍ਰਿਆ ਮੇਰੇ ਨਾਲ ਅੱਗ ਲਗਾ ਕੇ ਕਰਾ ਦਿਓ, ਆਪਣਾ ਵੀ ਕੰਮ ਛੁਡਾ ਦਿਓ। ਚਲੋ ਆਪਾਂ ਆਪਦਾ ਹੀ ਨਿਬੇੜ ਲਈਏ, ਹੈ ਨਾ? ਪਹਿਲਾਂ ਚੱਲ ਛੱਡ ਚੱਲੀਏ ਫਿਰ, ਨਹੀਂ ਹੋ ਗਿਆ ਪੂਰਾ ਕੰਮ ਕਰੀਏ। ਮੇਰੇ ਨਾਲ ਹਰ ਵਾਰੀ ਐ ਕਰਦੇ, ਮੈਂ ਜਦੋਂ ਆਉਣੀ ਆ ਸਾਨੂੰ ਕੀ ਸੀਗਾ, ਅਸੀਂ ਭੇਜ ਦਿੰਦੇ। ਮੇਰੀ ਗੱਲ ਤਾਂ ਸੁਣ, ਨਾਲੇ ਕਹਿੰਦੇ ਆ ਕਰੋਨਾ ਕਰੋਨਾ ਚੱਲੇ, ਬਾਹਰ ਜਾਣਾ ਨੀ ਚਾਹੀਦਾ ਤੇ ਵੀ ਜਵਾਕ ਘਰੇ ਟਿਕ ਜਾਂਦੇ। ਲੈ ਹੁਣ ਕਿੱਥੇ ਕਰੋਨਾ ਦਾ ਮਾਹੌਲ, ਹੁਣ ਤਾਂ ਅਸੀਂ ਆ ਜਾਂਦੇ ਆ, ਮੈਨੂੰ ਕਾਹਨੂੰ ਲੈ ਕੇ ਆਉਣਾ, ਮੇਰੇ ਨਾਲ ਹਰ ਵਾਰੀ ਆਈ ਕਰਦੇ ਹੁੰਦੇ ਹੋ ਤੁਸੀਂ, ਤੇ ਆ ਕਾਹਦੇ ਵਾਸਤੇ ਦੇਖਣ ਨੂੰ ਲਿਆ ਕੇ ਖੜਾਈ, ਇਹ ਵੀ ਲੈ ਕੇ ਜਾ ਸਕੀ ਆ। ਤੇਲ ਖਤਮ ਹੋ ਰਿਹਾ ਦੀ, ਤੈਨੂੰ ਤਾਂ ਚੰਗੀ ਭਲੀ ਆਉਂਦੀ ਆ, ਮੈਨੂੰ ਆਉਂਦੀ ਆ, ਮੈਂ ਕਿਹੜਾ ਕਹਿ ਰਹੀ ਆ ਵੀ ਆਉਂਦੀ ਨੀ, ਤੇਲ ਖਤਮ ਹੋ ਰਿਹਾ, ਫਿਰ ਹੁਣ ਕੀ ਕਰੀਏ? ਕਰ ਤੂੰ ਪਾਣੀ, ਮੇਰੇ ਵੀਰ ਤਾਂ ਤੇਲ ਮੁਕਾ ਦਿੰਨੀ ਓ, ਜਦੋਂ ਘੁੰਮਣ ਫਿਰਨ ਜਾਣਾ ਹੁੰਦਾ ਉਦੋਂ ਵਾਧੂ, ਜਦੋਂ ਪੇਕੀ ਜਾਣਾ ਹੁੰਦਾ ਉਦੋਂ ਬਥੇਰਾ ਲੈ ਜਾਂਦੀ ਓ। ਚੱਲ ਪਾਣੀ ਲਿਆ ਤੂੰ ਪੀਣ ਵਾਸਤੇ, ਹੁਣ ਤੂੰ ਬਸ ਕਰ, ਮੂੰਹ ਕਰਕੇ ਬੈਠੀ ਰਹੇਗੀ। ਕਿਵੇਂ ਸਾਰੇ ਠੀਕ ਸੀਗੇ? ਠੀਕ ਆ ਬਸ, ਤੁਸੀਂ ਦੱਸੋ ਕਿਵੇਂ ਆ ਘਰੇ ਸਾਰੇ? ਵਧੀਆ, ਠੀਕ ਹੈ। ਲੈ ਖੇਡ ਲੈ ਪੁੱਤ, ਆਪਣੀ ਘਰ ਆ, ਤੋੜਨਾ ਤੋੜਨ ਨੂੰ ਇਹਨੂੰ ਕੀ ਕਹਿਣਾ, ਖੇਡੂ ਗਈ। ਮੈਂ ਪਹਿਲੀ ਸਮਝਾ ਕੇ ਲਈ ਸੀ ਜਵਾਕਾਂ ਨੂੰ ਵੀ ਤੇਰੀ ਮਾਮੀ ਦਾ ਸੁਭਾਅ ਨੀ ਹੈਗਾ, ਫਿਰ ਉੱਤੇ ਭਾਰ ਨਹੀਂ ਬੈਠਾ ਤਾਂ ਟੁੱਟੂਗਾ ਨੀ ਤੇ ਹੋਰ ਕੀ ਹੋਊਗਾ, ਪੁੱਤੇ ਦੇ ਟਾਇਰ ਕਮਜ਼ੋਰ ਹੀ ਹੈ। ਮੈਂ ਤਾਂ ਹੋਰ ਤਾਂ ਕੀ ਕਹਿੰਦੀ ਸੀ, ਮੈਂ ਤਾਂ ਹੀ ਕਹਿੰਦੀ ਸੀ ਮੇਰੇ ਜਵਾਕਾਂ ਨਾਲ ਹੀ ਐਂ ਕਰਨਾ ਹੁੰਦਾ। ਆਂਦੇ ਕਿਉਂ ਲੱਗ ਗਿਆ ਤੁਸੀਂ? ਹੋਰ ਘਰ ਵਰਦੀ ਸੁਣਾ ਕਿਵੇਂ, ਸਾਰੇ ਠੀਕ ਹੈ? ਠੀਕ ਆ ਬਸ ਸਾਰੇ। ਹੋਰ ਫਸਲ ਵਾੜੀ? ਵਧੀਆ। ਤੁਸੀਂ ਕਿਹੜਾ ਆਉਣੇ ਹੋ? ਉੱਠ ਗਿਆ ਸੀਗਾ ਪ੍ਰਿਆ? ਹਾਂ ਉੱਠ ਗਿਆ ਸੀਗਾ, ਚਾ ਪੁੱਤ ਖੇਡ ਲੈ। ਦੇਖ ਲੈ ਬੜੀ ਸਿਖਾਈ ਜਵਾਕ ਨੂੰ, ਮਤ ਆਏ ਗਏ ਨੂੰ ਬੁਲਾਉਣਾ ਚਲਾਉਣਾ ਤਾਂ ਮਾੜਾ ਮੋਟਾ ਤਾਂ ਸਿਖਾਇਆ ਕਰ ਤੂੰ ਮੇਰੇ ਜਵਾਕਾਂ ਨੂੰ। ਨਿਆਣਾ ਕੋਈ ਨਾ, ਜਦੋਂ ਵੱਡਾ ਹੋ ਗਿਆ ਬੁਲਾਉਣ ਲੱਗ ਜੂਗਾ, ਤੇ ਜੇ ਨਿਆਣੇ ਨੂੰ ਸਿਖਾਵਾਂਗੇ ਤਾਂ ਹੀ ਵੱਡਾ ਹੋਇਆ ਬੋਲੂਗਾ। ਕੋਈ
ਵੱਡਾ ਨਹੀਂ ਹੁੰਦਾ ਉਹਦੀ ਬੱਟੇ ਦੀ ਮੈਂ ਬੜਾ ਬੁਲਾ ਦਿੰਦੀ ਆ ਤੈਨੂੰ ਦੋ ਵਾਰ ਸਤਿ ਸ਼੍ਰੀ ਅਕਾਲ ਸਕੂਲ ਚ ਵੀ ਤੂੰ ਹੀ ਬਗ ਜਾ ਕਰੀ ਉਹਦੀ ਵਾਲੀ ਹਾਜ਼ਰੀ ਤੂੰ ਲਵਾ ਲਿਆ ਕਰੀ ਚਾਚੇ ਪਿੱਛੇ ਕਿਉਂ ਲੜ ਰਹੇ ਹੋ ਤੁਸੀਂ ਫਿਰ ਕੀ ਹੋ ਗਿਆ ਨਹੀਂ ਬੁਲਾਈ ਸਤਿ ਸ਼੍ਰੀ ਅਕਾਲ ਜਦੋਂ ਤੁਹਾਡੇ ਪੇਕੇ ਆਣ ਭੰਤ ਭਾਦੇ ਚੀਜ਼ਾਂ ਹੁਣ ਕੱਲਾ ਪਾਣੀ ਬਿਠਾ ਪਿਆ ਕੇ ਬਿਠਾਤਾ ਸਾਨੂੰ ਨੀ ਭੈਣੇ ਸਾਰਾ ਕੁਛ ਬਣਾਵਾਂਗੇ ਹਜੇ ਬੈਠ ਦਮ ਤਾਂ ਲੈ ਲੈ ਦੋ ਮਿੰਟ ਪੁੱਤ ਹੋ ਠੀਕ ਠਾਕ ਹੋ ਉਹ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਣ ਜਿਆ ਠੀਕ ਹੈ ਤੁਹਾਨੂੰ ਜਦੋਂ ਫੋਨ ਕੀਤਾ ਸੀ ਸਵੇਰੇ ਲਿਆ ਤਾਂ ਸਕਦੇ ਹੋ ਉਹ ਤਾਂ ਤੇਰੀ ਭਾਬੀ ਨੂੰ ਕਰ ਦਿੰਦੀ ਫੋਨ ਲੈ ਆਂਦੀ ਹੈ ਕੀਤਾ ਸੀ ਭਾਬੀ ਨੂੰ ਫੋਨ ਕੀਤਾ ਸੀਗਾ ਹੀ ਤੇਲ ਮੁਕਾ ਕੇ ਧਰ ਦਿੰਦੀਆਂ ਨੇ ਮੇਰੇ ਵੇਲੇ ਤਾਂ ਤੇਲ ਹੀ ਮੁੱਕ ਜਾਂਦਾ ਇਹਨਾਂ ਦਾ ਉਹ ਚੱਲ ਕੋਈ ਨਾ ਉਈ ਨਾ ਭੜਕਿਆ ਕਰ ਤੂੰ ਆਨਸਰ ਲੱਗ ਜਾਂਦੀ ਆ ਭੜਕਣ ਹੋਰ ਦੱਸ ਕੋਈ ਚਾਹ ਠੰਡਾ ਪਾਣੀ ਪੀ ਲਿਆ ਕਿਸੇ ਕੋਈ ਹੋਰ ਪਿਆ ਤਾਂ ਠੰਡਾ ਪਾਣੀ ਪਿਆ ਤਾਂ ਇਹਨਾਂ ਨੇ ਮੈਨੂੰ ਪਹਿਲੀ ਆਨਸਰ ਹੀ ਪਿਆ ਤਾਂ ਉਹ ਕੀ ਗੱਲ ਭਾਈ ਮੇਰੀ ਭੈਣ ਦੀ ਸੇਵਾ ਕਿਉਂ ਨਹੀਂ ਕਰਦਾ ਕੀ ਹੋਇਆ ਹੈਗਾ ਉਹਨੂੰ ਫੋਨ ਕਰਤਾ ਸੀ ਪ੍ਰੀਆ ਨੇ ਪਹਿਲੇ ਹਲੇ ਹੁਣ ਤਾਂ ਬੈਠੀ ਆ ਵੀਰ ਜੀ ਆ ਕੇ ਉਹ ਚੱਲ ਭੈਣੇ ਉਈ ਨਾ ਤੂੰ ਇਹਨਾਂ ਨਾਲ ਬੋਲਿਆ ਕਰ ਇਹ ਖਾਣ ਪੀਣ ਪਿੱਛੇ ਲੜੀ ਆ ਬੇਬੇ ਮੰਗਰ ਹੁਣ ਇਹੀ ਤਾਂ ਹੈਗੀਆਂ ਨੇ ਹੁਣ ਮਾੜਾ ਮੋਟਾ ਜਿਹੜਾ ਦੇਖ ਰੇਖ ਕਰਦੀਆਂ ਨੇ ਘਰ ਦਾ ਜੇ ਬੇਬੇ ਹੁੰਦੀ ਫਿਰ ਮੈਨੂੰ ਬੋਲਣ ਨਹੀਂ ਸੀ ਦਿੰਦੀ ਇੱਥੇ ਜਿਵੇਂ ਇਹਨਾਂ ਨੇ ਮੇਰੇ ਨਾਲ ਕੁੱਤੇ ਖਾਣੀ ਕਰਦੀਆਂ ਨੇ ਆਉਂਦੀ ਨਾਲ ਉਹ ਚੱਲ ਤੂੰ ਛੱਡ ਭਾਈ ਤੂੰ ਐਂ ਦੱਸ ਕੁੜੀਏ ਭਾਜੀ ਦੇ ਹਾਲ ਵਧੀਆ ਨੇ ਆਹੋ ਠੀਕ ਆ ਸਾਰੇ ਤੁਸੀਂ ਕਿਹੜਾ ਜਾਣਦੇ ਹੋ ਕਿਹੜਾ ਪਤਾ ਲੈ ਕੇ ਆਉਣੇ ਹੋ ਕੀ ਕਰੀਏ ਭਾਈ ਆਪਦੀ ਨੇ ਕੰਮਾਂ ਕਾਰਾਂ ਚੋਂ ਨਿਕਲਿਆ ਜਾਂਦਾ ਹੈਗਾ ਆਹ ਮੇਰੇ ਵਾਰੀ ਕਹਿ ਦਿੰਦੇ ਨੇ ਕੰਮਾਂ ਕਾਰਾਂ ਚ ਨਹੀਂ ਨਿਕਲਿਆ ਜਾਂਦਾ ਜਦੋਂ ਪੇ ਸਹੁਰੇ ਜਾਣਾ ਹੁੰਦਾ 5 ਮਿੰਟਾਂ ਚ ਤਿਆਰ ਹੋ ਕੇ ਵਗ ਜਾਂਦੇ ਹੋ ਹੋ ਬਸ ਕਰ ਤੂੰ ਤਾਂ ਆਪ ਬੇਬੇ ਵਾਂਗੂ ਐ ਤੂੰ ਜਿਵੇਂ ਉਹ ਲੜਦੀ ਸੀ ਉਵੇਂ ਤੂੰ ਲੱਗ ਜਾਂਦੀ ਆ ਲੜਨ ਕਦੇ ਸਮਝਿਆ ਵੀ ਕਰ ਉਹਨਾਂ ਦੇ ਵੀ ਅਸੀਂ ਤਾਂ ਦੁੱਖ ਸੁੱਖ ਚ ਹੀ ਜਾਂਦੇ ਆ ਹੁਣ ਕਿਹੜਾ ਨਿੱਤ ਜਾਇਆ ਜਾਂਦਾ ਭਾਈ ਮੇਰੇ ਤਾਂ ਕੋਈ ਦੁੱਖ ਸੁੱਖ ਚ ਨਹੀਂ ਆ ਕੇ ਛੇਤੀ ਖੜਦੇ ਤੁਸੀਂ ਉਹ ਨਹੀਂ ਤੁਸੀਂ ਸਾਨੂੰ ਕਦੇ ਦੇਖੇ ਪੇਕੇ ਜਾਂਦੀਆਂ ਨੂੰ ਕਿੰਨਾ ਕੁ ਅਸੀਂ ਪੇਕੇ ਜਾਂਦੇ ਆ ਫਰਦੇ ਹੀ ਆਪੋ ਮੈਨੂੰ ਦੇਖਣ ਨੂੰ ਤੁਹਾਡੇ ਹੀ ਦੇਖਦੇ ਰਹਿੰਦੀ ਆ ਬਥੇਰਾ ਜਾਂਦੀ ਹੋ ਪਤੀ ਲੱਗਦਾਗਾ ਆ ਪ੍ਰੀਆ ਨੂੰ ਪੁੱਛ ਲੈ ਪ੍ਰੀਆ ਜਿੱਦੇ ਦੀ ਵਿਆਹੀ ਆ ਕਿਤੇ ਨਹੀਂ ਇੱਕ ਦਿਨ ਗਏ ਹੈਗੇ ਮਸਾਂ ਜਾਂਦੇ ਨੇ ਕੋਈ ਟਾਈਮ ਨਹੀਂ ਮਿਲਦਾ ਹੈਗਾ ਕੰਮਾਂ 'ਚ ਟਾਈਮ ਨੂੰ ਤਾਂ ਇੱਥੇ ਚਰਖਾ ਕੱਤਦੀਆਂ ਭਾਬੀ ਪਤੀ ਆ ਮੈਨੂੰ ਨਾਲੇ ਫੋਨ ਤੇ ਗੱਲਾਂ ਤੁਸੀਂ ਪੇਕਿਆਂ ਨਾਲ ਬਥੇਰਾ ਕਰਦੇ ਹੋ ਕਦੇ ਮੈਨੂੰ ਫੋਨ ਲਾ ਕੇ ਪੁੱਛੇ ਤੁਸੀਂ ਫੋਨ ਚੱਲ ਪੁੱਛ ਲੈਣੇ ਵੀ ਹੋਰ ਕੀ ਪੁੱਛੇ ਪ੍ਰੀਆ ਮੈਨੂੰ ਤਾਂ ਕਦੇ ਫੋਨ ਨਹੀਂ ਆਇਆ ਮੈਂ ਆਪਦੇ ਆਸ ਕਮੈਂਡਰ ਨੂੰ ਵੀ ਨਹੀਂ ਦੱਸਦੀ ਵੀ ਹਾਂ ਕਿੰਨਾ ਕੁ ਆਉਂਦੇ ਨੇ ਮੇਰੇ ਕੋਲ ਉਹ ਉਹ ਚੱਲ ਪਈ ਕੁੜੀਏ ਹੁਣ ਤੂੰ ਲੜੀ ਜਾਏਗੀ ਕਿ ਹੋਰ ਕੋਈ ਗੱਲਬਾਤ ਵੀ ਸੁੱਖ ਦੁੱਖ ਸੁੱਖ ਦੀ ਪੁੱਛੇਂਗੀ ਤੁਸੀਂ ਤਾਂ ਆਉਂਦੇ ਹੀ ਲੜਨ ਲੱਗ ਗਏ ਹੁੰਦੇ ਹੋਰ ਮੈਂ ਤਾਂ ਆਪੀ ਲੜਨ ਲੱਗ ਗਈ ਹੁਣ ਸਰ ਹੋਰ ਕੀ ਲੜਾਈ ਵਾਲੀ ਮੈਂ ਕਿਹੜਾ ਲੜਨ ਆਈ ਸੀ ਇੱਥੇ ਮਿਲਣ ਆਉਣੀ ਆ 4 ਦਿਨ ਉਹੀ ਤੁਸੀਂ ਸਿੰਘ ਮਿੱਟੀ ਚੱਕੀ ਰੱਖਦੇ ਹੋ ਅਸੀਂ ਕਿਹੜਾ ਕਹਿੰਨੇ ਆ ਵੀ ਤੁਸੀਂ ਨਾ ਹੁਣ ਬਥੇਰਾ ਲੜ ਲਿਆ ਚੱਲ ਅੰਦਰ ਚੱਲਦੇ ਆ ਅੰਦਰ ਬੈਠ ਕੇ ਰੋਟੀ ਪਾਣੀ ਖਾਓ ਹੁਣ ਤਾਂ ਟਰੈਕਟਰ ਮੈਨੂੰ ਦੇ ਦੇ ਬਥੇਰਾ ਖੇਡ ਲਿਆ ਹੁਣ ਲੈ ਖੇਡਣ ਨੂੰ ਉਹਨੇ ਕੀ ਖੇਡਣਾ ਲੈ ਲੈਣ ਦੇ 2 ਮਿੰਟ ਹੋਰ ਕੋਈ ਨਾ ਬਸ ਬਥੇਰਾ ਖੇਡ ਲਿਆ ਹੁਣ ਹੋਰ ਦੱਸ ਕਿੰਨਾ ਆ ਜਾ ਪੁੱਤ ਅੰਦਰ ਚੱਲ ਉਹ ਅੰਦਰ ਖੇਡ ਲੋ ਪਈ ਸੀ ਅੰਦਰ ਚੱਕ ਲੈ ਭੈਣੇ ਬੈਗ ਲੈ ਮੈਂ ਚੱਕ ਲੈਣਾ ਭੈਣੇ ਤੈਨੂੰ ਪਰ ਮੈਂ ਚੱਕ ਲੈ ਆਏ ਤਾਂ ਕਿਹੜਾ ਚੱਕਣੀ ਆਏਗਾ ਦੀ ਆਪਦੇ ਪੇਕਿਆਂ ਦੀ ਬਥੇਰਾ ਆਏਗਾ ਦੀ ਸੇਵਾ ਕਰ ਲੈਣੀ ਆ ਅਜਾ ਪੁੱਤ ਹੁਣ ਤੂੰ ਸਾਂਭ ਕੇ ਰੱਖ ਦੇ ਇਹਨੂੰ ਤੋੜ ਦੇਗਾ ਫਿਰ ਮੇਰੇ ਨਾਲ ਲੜੇਗਾ ਬਸ ਆਹੋ ਆਲੀ ਬਹਾਲੀ ਕਰ ਦੇਣਾ ਵੀ ਇਹ ਤੋੜ ਦੇਣਗੇ ਫਿਰ ਤੋੜ ਦੇਣਗੇ ਵੀ ਇਹਨਾਂ ਕੋਲ ਤੋੜ ਕੇ ਉਹ ਚੱਲ ਪਾਲੀ ਬਸ ਕਰ ਤੂੰ ਭੈਣ ਦੀ ਸੇਵਾ ਕਰ ਦੇ ਕੋਈ ਅੱਛੀ ਨਹੀਂ ਚਾਹੀਦੀ ਸੇਵਾ ਨਾ ਤਾਂ ਕਿਸੇ ਦੀ ਤਾਂ ਲੜਨ ਲੱਗ ਜਾਂਦੀਆਂ ਨੇ ਆ ਨਾਲੇ ਮੇਰੇ ਭਾਣਜੇ ਦੇ ਭਾਣਜੀ ਨੇ ਕੁਝ ਖਾਣ ਨੂੰ ਬਣਾ ਮਿੱਠਾ ਸਿੱਟਾ ਹੈ ਮੇਰਾ ਚਲ ਬੈਠੋ ਪੁੱਤ ਤੁਸੀਂ ਮੰਜੇ ਦੇ ਮੈਂ ਆ ਗਿਆ ਬੈਗ ਰੱਖ ਕੇ ਚੱਲ ਮੈਂ ਤਾਂ ਅੰਦਰ ਦੇਖਦੀ ਚਾਹ ਪਾਣੀ ਰੱਖ ਲਈ ਗਿੱਲੀ ਚਾਹ ਕਹੀ ਜੀ ਹੁੰਦੀ ਆ ਹੋਰ ਹੁਣ ਜਿਹੋ ਜਿਹਾ ਘਰੇ ਆਪਦੇ ਰੁੱਖਾ ਸੁੱਖਾ ਖਾ ਲੈਂਦਾ ਚੱਲ ਪ੍ਰੀਆ ਮੈਂ ਮੂੰਗੀ ਮਾਸਰੀ ਧਰਦਾ ਫਿਰ ਠੀਕ ਹੈ ਜੀ ਉਹਨੇ ਹਾਂ ਬਣਾ ਲਓ ਜੀ ਹੁਣ ਛੇ ਦੀ ਮਾਸਰੀ ਨਹੀਂ ਖਾਂਦੇ ਲੈ ਮਾਂ ਨਾਲੋਂ ਵੀ ਤੇਜ਼ ਹੋਰ ਪੁੱਤ ਕੀ ਖਾਣਾ ਦਾ ਸੋਡ ਗੋਭੀ ਹੋਣੀ ਚੱਲ ਮੰਗਾ ਲੈ ਵਿੱਕੀ ਨੂੰ ਕਹਿ ਕੇ ਸ਼ਹਿਰੋਂ ਵੀ ਕਰੇ ਤਾਂ ਹੈ ਨਹੀਂ ਵਿੱਕੀ ਤੋਂ ਚਲੋ ਨਾ ਫੋਨ ਫਿਰ ਮੰਗਵਾ ਲੈ ਕਰੇ ਕਰੇ ਹੁੰਦੀ ਹੈਗੀ ਗੋਭੀ ਕਰਦੇ ਆ ਫਿਰ ਭੈਣੇ ਕੱਲ ਕਹਿੰਦੇ ਸੀ ਨਾ ਜਵਾ ਕਹਿੰਦੇ ਸੀ ਭੁੱਖ ਲੱਗੀ ਮੈਂ ਛੇਤੀ ਬਣ ਜੂ ਕਰੇ ਕੋਈ ਨਾ ਭੈਣ ਨੂੰ ਨਾਰਾਜ਼ ਕਰੋ ਠੀਕ ਹੈ ਜੀ ਗੋਭੀ ਦੀ ਸੇਵਾ ਕਰਦੇ ਫੋਨ ਚਲੋ ਮੈਂ ਫੋਨ ਕਰਦੀ ਮਾਂ ਵਰਗੀ ਆਪਣੀ ਵੱਡੀ ਭੈਣ ਆ ਇਹ ਸੇਵਾ ਇਹ ਕਿਹੜੀਆਂ ਸੇਵਾ ਕਰਦੀਆਂ ਨੇ ਹੋਰ ਪੁੱਤ ਸਕੂਲ ਜਾਂਦੇ ਹੋ ਕਿ ਨਾ ਜਾਣੇ ਹੁੰਦੇ ਆ ਕਿਹੜੀ ਕਿਹੜੀ ਕਲਾਸ ਚ ਹੋਗੇ ਸਿਕਸਤ ਚਲ ਭੈਣੇ ਇਹਨਾਂ ਨੂੰ ਪੜਾ ਲਿਖਾ ਲਾ ਵਧੀਆ ਪੜਦਾ ਹੈ ਘਰੇ ਵੀ ਮਾੜਾ ਮੋਟਾ ਹੋਰ ਹੋਰ ਕਣਕ ਕੁਣਕ ਬੀਜਤੀ ਭੈਣੇ ਹਾਂ ਬੀਜਤੀ ਬਈ ਚਲ ਠੀਕ ਆ ਚੰਗਾ ਬਈ ਮੈਂ ਤਾਂ ਆਪਦਾ ਮੂੰਹ ਧੋਵਾਂ
ਚਲ ਤੂੰ ਲਾ ਬਾਈ ਮੈਂ ਖੇਤ ਗੇੜਾ ਮਾਰਿਆ ਫਿਰ ਮੈਂ ਵੀ ਹੋਰ ਮੈਂ ਤੇਰੇ ਕਰਕੇ ਆ ਗਿਆ ਸੀ ਆਹੋ ਕੋਈ ਨਹੀਂ ना जसू आ की करी जानी है तू मेन ए नहीं पता लगता तू बूटा तो उपर बैठी है पड़ी है मैं तो कल मंजा के कपड़े धोते तो तेरी मां ने तेरी जमी आके नहीं सिखाई थले करके बैठ पैर मंजे धोते ने दी ਤੋਤੇ ਨੇ ਮੰਜੇ ਤੇਰਾ ਤਾਂ ਮੈਨੂੰ ਪਤੀ ਆ ਕਿੰਨਾ ਕੰਮ ਕਰਦੀ ਆ ਭਾਬੀ ਤੂੰ ਜਿੰਨੇ ਜੋਗੇ ਹੈਗੇ ਹੁਣ ਕਰ ਲੈਣੇ ਆ ਭਾਈ ਕਿਸੇ ਦੇ ਕਰੇ ਕਿਸੇ ਨੂੰ ਮੋਢੇ ਨਹੀਂ ਲੱਗਦੇ ਜਾ ਕੇ ਤੁਹਾਡੀ ਲੱਗਣ ਨੂੰ ਦੋ ਤਾਂ ਮੈਂ ਦੇਣ ਆਈਆਂ ਮੈਨੂੰ ਤਾਂ ਇੱਕ ਦਿਨ ਰਹਿਣਾ ਔਖਾ ਹੋ ਜਾਂਦਾ ਤੁਹਾਡੀ ਅੰਗੂੜੀ ਕੋਈ ਆ ਕੇ ਕਿਸੇ ਦੇ ਗਾਹ ਪਾਉਂਦਾ ਠੀਕ ਹੈ ਗਾਹ ਪਾਉਣ ਨੂੰ ਤਾਂ ਅਸੀਂ ਮਿੱਟੀ ਦੇ ਟਰੱਕ ਲੈ ਲੈ ਡੋਲ ਤੇ ਹੋਰ ਹੁਣ ਕੀ ਕਰ ਰਹੇ ਨੇ ਇਹ ਜਵਾਕ ਸਾਡੇ ਵੀ ਤਾਂ ਹੈਗੇ ਹੀ ਆ ਜਵਾਕ ਦੇਖਿਆ ਤੂੰ ਪੂਰਾ ਹੋ ਐਂ ਕਰਦਾ ਮੈਂ ਤਾਂ ਇੱਕ ਮਿੰਟ ਨਹੀਂ ਰਹਿ ਸਕਦੀ ਮੈਂ ਇੱਥੋਂ ਨਹੀਂ ਰਹਿਣ ਪਾ ਜਾਂਦਾ ਹੋਰ ਤੇ ਮੈਂ ਤਾਂ ਜਾਨੀ ਆ ਅਸੀਂ ਵੀ ਮਿਲਾਂਗੀ ਇਹ ਭਾਈ ਲਾ ਦੱਸ ਕੋਈ ਗੱਲ ਨਹੀਂ ਜੀ ਜਵਾਕਾਂ ਨੂੰ ਅਕਲ ਤਾਂ ਸਿਖਾ ਕੇ ਨਹੀਂ ਆਈ ਸਮਝਾਈ ਤਾਂ ਕਹਿੰਦੀ ਵੀ ਪੁੱਤ ਤੁਸੀਂ ਉੱਪਰ ਕਰ ਕੇ ਮਾਮੀ ਅਰ ਕੇ ਮੋਖਾ ਦਾ ਸਮਝ ਕੇ ਹੋਰ ਉਹਨਾਂ ਨੂੰ ਉਹ ਕਰ ਰਹੀ ਆ ਅਸੀਂ ਨਹੀਂ ਸਮਝੀ ਚੱਲ ਪੁੱਤ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਆ ਉਹਦੀ ਲੋੜ ਨਹੀਂ ਆ ਇਹ ਹੁਣ ਕੰਮ ਕਰ ਰਹੀ ਆ ਕੀ ਐਵੇਂ ਆਪਾਂ ਕਿੱਧਰ ਚੱਲੀ ਗਈ जलूस कट रखा भेने दिमाग खराब कर रखे ने लाइक कमेंट शेयर करके जरूर दसो जी ਤੇ ਜੋ ਜੋ ਸਾਡੀ ਵੀਡੀਓ ਨੂੰ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦੇ ਨਾਮ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ ਉਹਨਾਂ ਦੇ ਨਾਮ ਨੇ ਹੈਪੀ ਸਰਾਓ ਕਾਲੇ ਕੇ ਜੀ ਮਨਜੋਤ ਕੌਰ ਕਰੰਟ ਅਫੇਅਰ ਬਬੀਤਾ ਰਾਣੀ ਜੀ ਹਰਪਾਲ ਸੰਦੀਪ ਔਜਲਾ ਅਸ਼ਮੀਨ ਢਿੱਲੋਂ ਮਨਜੀਤ ਕੌਰ ਬਲਵਿੰਦਰ ਸਿੰਘ ਹੈਰੀ ਵਿਰਕ ਜਸ਼ ਗਿੱਲ ਖੁਸ਼ਪ੍ਰੀਤ ਧੰਦਿਆਲ ਤਰਸੇਮ ਭੱਟੀ ਪ੍ਰਿਤਪਾਲ ਸਿੰਘ ਹਰਜਿੰਦਰ ਮਾਨ ਪ੍ਰਿਯੰਕਾ ਰਾਣੀ ਹਰਜਿੰਦਰ ਸਿੰਘ ਮਨਦੀਪ ਜੀ ਅਮਨ ਗਰਗ ਹਰਿਸ਼ਤਾ ਜੈਨ ਜਗਜੀਤ ਸਿੰਘ ਮੁੰਨਾ BBS ਬਜੀਰ ਸਿੰਘ ਜਸਵਿੰਦਰ ਕੌਰ ਜੀ ਥੈਂਕ ਯੂ ਜੀ ਬਾਕੀ ਸਾਨੂੰ ਜਿਹੜੇ ਹੋਰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜਾਂ ਜਿਨ੍ਹਾਂ ਦੇ ਨਾਮ ਨਹੀਂ ਆਏ ਜੀ ਉਹਨਾਂ ਦਾ ਅਸੀਂ ਅਗਲੀ ਵੀਡੀਓ 'ਚ ਲਾਵਾਂਗੇ ਜੀ ਅਤੇ ਜਿਨ੍ਹਾਂ ਨੇ ਅਜੇ ਤੱਕ ਬੈੱਲ ਆਈਕਨ ਦਾ ਬਟਨ ਨਹੀਂ ਨੱਪਿਆ ਜੀ ਉਹ ਜ਼ਰੂਰ ਨੱਪਣ ਜੀ ਤਾਂ ਕਿ ਜਿਹੜੀਆਂ ਨਵੇਂ ਨਵੇਂ ਨੋਟੀਫਿਕੇਸ਼ਨ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ ਜੀ ਧੰਨਵਾਦ